सांसद परनीत कौर ने आज डेराबस्सी हलके में बाढ़ग्रस्त क्षेत्रों का दौरा किया। उन्होंने लालू क्षेत्र, डेराबस्सी और जीरकपुर की अलग अलग सोसाइटी में दौरा किया। डेराबस्सी के प्रभावित एरिया गुलमोहर सिटी एक्सटेंशन का भी दौरा किया और लोगों से उनकी समस्याएं सुनी। बदन दे नाल लोकां दीआं सोसाइटीज बणियां जो बणियां ने, इन्हां दे जिन्ना भी रिस्पोंसिबल ने ओह मेरे ख्याल च इक बंदा नहीं, इह गवर्नमेंट नहीं, पिछली नहीं, बहुत गवर्नमेंट आंदियां आंदियां सारिआं ने इह गौर नहीं कीता। असीं भी विच ही हैं जिन्हां ने पानी दी ढाल विकास दा इह सोचिआ नहीं। ਹੁਣ ਤੁਸੀਂ ਲਾਸਟਲੀ ਗੱਲ ਇਹੀ ਹੈ ਕਿ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਲੋਕਾਂ ਦੀ ਮੰਗ ਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਕਰ ਦਿੰਦੇ ਹੋ, ਕਿਆ ਚੀਜ਼ ਪਹਿਲਾਂ ਸਭ ਤੋਂ ਪਹਿਲਾਂ ਫੁਲਫਿਲ ਕਰਨੀ ਚਾਹੀਦੀ ਹੈ ਔਰ ਸਟੈਪ ਬਾਏ ਸਟੈਪ ਕਿਵੇਂ ਆਪਾਂ ਰਿਲੀਫ ਦੇ ਸਕਦੇ ਹਾਂ? ਦੇਖੋ ਪਹਿਲੇ ਤਾਂ ਇਵੈਕੂਏਸ਼ਨ ਦੀ ਸੀ, ਉਹ ਤਾਂ ਤਕਰੀਬਨ ਸਾਰੇ ਕਿਤੇ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਨੇ ਔਰ ਆਪਣੇ ਆਰਮੀ ਨੇ ਕਰਤੀ ਜੀ। ਹੁਣ ਇਸ ਦੇ ਬਾਅਦ ਲੋਕਾਂ ਦੀ ਜਿਸ ਤਰ੍ਹਾਂ ਕਿਸਾਨਾਂ ਦਾ ਤਾਂ ਪੂਰੀ ਤਬਾਹ ਹੋ ਗਈ, 25 ਤੋਂ 30 ਹਜ਼ਾਰ ਏਕੜ ਨੁਕਸਾਨ ਹੋ ਗਿਆ। ਕਿੱਥੇ ਡੇਰਾਬਸੀ ਦਾ ਕਹਿ ਰਹੇ ਹੋ? ਸਾਰਿਆਂ ਦਾ ਜਿਹੜੀ ਜੀਰੀ ਲਗਾਈ ਹੈ ਜੀ, ਜੋ ਉਹਨਾਂ ਨੇ ਮੈਨੂੰ ਦੱਸਿਆ 5-4 ਦਿਨਾਂ 'ਚ ਜੋ ਮੈਨੂੰ ਪਤਾ ਚੱਲਿਆ ਕਿ ਇੰਨਾ ਨੁਕਸਾਨ ਹੋਇਆ ਪਰ ਏਕੜ ਜੀ, ਇਸ ਲਈ ਘੱਟ ਤੋਂ ਘੱਟ ਇਹ ਇੰਨਾ ਤਾਂ ਮੁਆਵਜ਼ਾ ਮਿਲਣਾ ਹੀ ਚਾਹੀਦਾ। ਇੱਥੇ ਤਾਂ ਮੇਰੇ ਖਿਆਲ 'ਚ ਇਹਨਾਂ ਤੋਂ ਕੁਛ ਬੀਜਿਆ ਨਹੀਂ ਜਾਣਾ ਕਿ ਜ਼ਮੀਨ ਨਹੀਂ ਠੀਕ ਹੋਈ। 1 ਸਾਲ ਲੱਗੇਗਾ ਜੀ ਪੂਰਾ। ਇਹ ਤਾਂ ਵੈਸੇ ਤਾਂ ਜ਼ਮੀਨ ਨੂੰ ਪੂਰੀ ਤਰ੍ਹਾਂ ਰਿਨਿਊ ਕਰਨ ਲਈ 4 ਸਾਲ ਲੱਗਦੇ ਨੇ, ਰੀਫਰਟਾਈਲ ਕਰਨ ਦੇ ਲਈ। ਪਰ ਚਲੋ ਜੋ ਵੀ ਹੈਗਾ ਗਵਰਨਮੈਂਟ ਵੱਲੋਂ ਆਏ, ਮੈਂ ਕੱਲ ਚੀਫ ਸੈਕਟਰੀ ਨਾਲ ਗੱਲ ਕੱਲ ਵੀ ਕੀਤੀ ਸੀ, ਕਹਿੰਦੇ ਸੀ ਬੀਜ 35 ਜੀਰੀਆਂ ਦਾ ਜਾਂ ਬਾਸਮਤੀ ਦਾ ਜੇ ਮਿਲੇ ਜੀ ਤਾਂ ਉਹਨਾਂ ਨੇ ਕਿਹਾ ਸੀ ਅੱਗੇ ਹੀ ਔਨ ਦਾ ਜੋਬ ਹੈਗੇ ਆ, ਪਰ ਯੂਨੀਵਰਸਿਟੀ ਦੇ ਵਿੱਚ ਸਾਰਾ ਖਤਮ ਹੈ। ਹੁਣ ਇਹ ਕੋਈ ਦੁਕਾਨਦਾਰਾਂ ਕੋਲ ਪਿਆ ਕਿ ਕਈਆਂ ਨੇ ਆਪਣੇ ਘਰਾਂ 'ਚ ਵੀ ਫਾਲਤੂ ਰੱਖਿਆ ਹੋਇਆ, ਤਾਂ ਇੱਕ ਮੰਗ ਸੀ ਕਿ ਦੁਕਾਨਦਾਰਾਂ ਨੂੰ ਕਹੋ ਕਿ ਸਾਨੂੰ ਲੁੱਟਣ ਨਾ, ਉਹ ਵੀ ਮੈਂ ਇਹਨਾਂ ਦੀ ਪੰਚਾਇਤੀ ਪ੍ਰਸ਼ਾਸਨ ਕਰਨੀ ਕੁਝ ਉਹੀ ਕੰਟਰੋਲ ਕਰ ਸਕਦੇ। ਤੁਸੀਂ ਪੰਜਾਬ ਲੈਵਲ ਤੇ ਤਾਂ ਮੈਡਮ ਗੱਲ ਕਰੀਏ ਚੀਫ ਸੈਕਟਰੀ ਨਾਲ, ਕਿਆ ਤੁਸੀਂ ਪਾਰਲੀਮੈਂਟ ਲੈਵਲ ਤੇ ਵੀ ਇਸ ਇਸ਼ੂ ਰੇਜ਼ ਕਰੋਗੇ? ਬਿਲਕੁਲ ਇਸ਼ੂ ਕਰੂੰਗੀ, ਮੈਂ ਪੂਰਾ ਨੋਟ ਲੈ ਕੇ ਜਾ ਰਹੀ ਹਾਂ। ਕਿੰਨੇ ਪੈਕੇਜ ਦੀ ਕਰੋਗੇ ਜੀ ਡਿਮਾਂਡ? ਹਾਂਜੀ, ਪੈਕੇਜ ਦੀ ਡਿਮਾਂਡ ਪੰਜਾਬ ਵਾਸਤੇ ਦੇਖੋ ਅਸੈਸਮੈਂਟ ਚੱਲਦੀ ਹੈ, ਅਸੈਸਮੈਂਟ ਜਿਹੜੀ ਚੱਲ ਰਹੀ ਹੈ ਇਹ ਵੀ ਕਰਨਗੇ, ਪਰ ਮੈਂ ਜੋ ਮੇਰੀ ਅਸੈਸਮੈਂਟ ਆਈ ਹੈ ਕਿ ਐਟਲੀਸਟ 30,000 ਮਿਲਣਾ ਚਾਹੀਦਾ। ਜੋ ਗਵਰਨਮੈਂਟ ਦਾ ਰਿਲੀਫ ਵਰਕ ਚੱਲ ਰਿਹਾ, ਸੈਟੀਸਫਾਈਡ ਹੋ ਤੁਸੀਂ ਉਸ ਤੋਂ ਕਿ ਸਮ ਮੋਰ ਸਟੈਪਸ ਨਹੀਂ? ਦੇ ਆਰ ਡੂਇੰਗ देयर ਬੈਸਟ। ਜੀ, ਆਈ ਐਮ ਨਾਟ ਗੋਇੰਗ ਟੂ ਕੰਟੀ ਆਨ ਨੋ ਪੋਲਿਟਿਕਸ। ਠੀਕ ਹੈ ਜੀ, ਠੀਕ ਆਫ ਐਨੀਬਾਡੀ ਜਿੰਨਾ ਜੋ ਕਰ ਰਿਹਾ ਇਟਸ ਵੈਲਕਮ। ਕਿੰਤੂ ਕੰਟੀ ਨਹੀਂ ਕਰਨੀ, ਇਹਦੇ ਉੱਤੇ ਕੋਈ ਪੋਲਿਟਿਕਸ ਨਹੀਂ ਹੈ, ਉਹ ਪੋਲਿਟਿਕਸ ਆਪਣੀ ਬੰਦ ਕਰਨ। ਇਹ ਲੋਕਾਂ ਦੀ ਖੁਆਇਸ਼ ਸੀ, ਇਹ ਇੱਕ ਪਰੰਪਰਾ ਚੱਲਦੀ ਆ ਰਹੀ ਹੈ ਬਾਬਾ ਅਲਾ ਸਿੰਘ ਦੇ ਟਾਈਮ ਤੋਂ, ਕਿਉਂਕਿ ਪਟਿਆਲੇ ਨੂੰ ਸ਼ਰਾਫ ਦਿੱਤਾ ਸੀ ਕਿ ਪਾਣੀ ਤੋਂ ਜਾਂ ਅੱਗ ਤੋਂ ਇਹ ਤੋ ਲੋਕ ਜਿਹੜੇ ਜੱਦੀ ਲੋਕ ਨੇ ਉਹ 2-3 ਦਿਨਾਂ ਤੋਂ ਲਗਾਤਾਰ ਕਹੀ ਜਾ ਰਹੇ ਸੀ। ਸੋ ਪਹਿਲੇ ਵੀ ਕਰਦੇ ਆ ਰਹੇ ਹੈਗਾ, ਔਰ ਲੋਕਾਂ ਦਾ ਕਿੰਨੇ ਲੋਕਾਂ ਦੇ ਧੰਨਵਾਦ ਔਰ ਦੁਆਵਾਂ ਮਿਲੀਆਂ ਨੇ, ਇਹ ਰੱਬ ਕਨੀ ਪਹੁੰਚਣਗੇ। ਇਹ ਜਿਹੜੀ ਆਪਣੀ ਕੋਈ ਹੋਂਦ ਹੁੰਦੀ ਹੈ, ਆਪਣੀ ਕੋਈ ਰੀਤੀ ਰਿਵਾਜ, ਇਹ ਆਪਾਂ ਇਹ ਸਾਡੀ ਪਰੰਪਰਾ ਹੈਗੀ ਆ, ਹਿੰਦੁਸਤਾਨ ਦੀ ਪਰੰਪਰਾ ਹੈ। ਠੀਕ ਹੈ, ਆਪਣੇ ਆਪਣੇ ਤੁਸੀਂ ਜੋ ਸਮਝਦੇ ਹੋ ਠੀਕ ਹੈ, ਮੈਂ ਬਹੁਤ ਕੁਛ ਕਹਿ ਸਕਦੀ ਹਾਂ ਪਰ ਮੈਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੀ।
लाइट हमारे पास तो नहीं आए अभी तक नहीं आई है, चार दिन पांच दिन हम बिना लाइट के रहे हैं। और मैम लाइट पानी आ भी जाता है तो वो पानी गंदा ही आएगा ना हमारे पास, हम लोग पी तो सकेंगे नहीं ना, पर यूज नहीं कर सकते। देखिए ऐसा ना, आपका नॉर्मल पानी कहाँ से पानी यहाँ लोग सप्लाई करते हैं, ये सारा का सारा जो बात सुनने को बात कर दीजिए आप, एक मिनट एक एक पहले पानी आपका पीने का कहाँ से आता है? ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।